ਸੰਜੀ ਤੇ ਵੈਲਕਮ ਬੈਕ ਇੱਕ ਵਾਰੀ ਫੇਰ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਯੂ ਐਸ اے ਦੀ ਡੌਂਕੀ ਦੇ ਰਿਲੇਟਡ ਅਮਰੀਕਾ ਦੀ ਡੌਂਕੀ ਦੇ ਰਿਲੇਟਡ ਕਿ ਅਮਰੀਕਾ ਦੀ ਜਿਹੜੀ ਡੌਂਕੀ ਹੈ 2022 ਦੇ ਵਿੱਚ ਅਸਟਮ ਉਹਦੀ ਕੀ ਸਿਚੁਏਸ਼ਨ ਉਹਦੀ ਗੱਲ ਕਰਾਂਗੇ ਤੁਹਾਡੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਤੱਕਿਓ ਕਿਉਂਕਿ ਜੇਰੀ ਵੀ ਲੇਟੈਸਟ ਅਪਡੇਟ ਹੁਣ ਆਈ ਏ ਅਮਰੀਕਾ ਦੀ ਡਮਕੀ ਦੇ ਰਿਲੇਟਡ ਉਹ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਤੱਕਿਓ ਤੇ ਜਿਹੜਾ ਵੀਰ ਵੀ ਨਵਾਂ ਆਇਆ ਉਹਦੇ ਅੱਗੇ ਕੀ ਸਿਰ ਰਿਕੁਐਸਟ ਕਰਨੀ ਹੈ ਕਿ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਹਦਾ ਮੈਸੇਜ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਈਜ਼ੀਲੀ ਮਿਲ ਜਾਵੇ। ਹਾਂਜੀ ਤੇ ਅਮਰੀਕਾ ਦੀ ਡੌਂਕੀ ਦੀ ਗੱਲ ਕਰਨੀ ਆ। 2022 ਦੇ ਵਿੱਚ ਕਾਫੀ ਜ਼ਿਆਦਾ ਵੀਰ ਸਨ ਜਦੋਂ ਜਨਵਰੀ ਦਾ ਮਹੀਨਾ ਚੜ੍ਹਿਆ ਕਾਫੀ ਜ਼ਿਆਦਾ ਵੀਰਾਂ ਨੇ ਦੁਬਈ ਤੋਂ ਬ੍ਰਾਜ਼ਿਲ ਗਏ, ਟਰਕੀ ਤੋਂ ਬ੍ਰਾਜ਼ਿਲ ਗਏ ਜਾਂ ਫਿਰ ਟਰਕੀ ਤੋਂ ਇਕਵਾਡੋਰ ਪਨਾਮਾ ਗਏ ਤਾਂ ਕਿ ਅਮਰੀਕਾ ਦੀ ਡੌਂਕੀ ਅੱਗੇ ਲਾ ਸਕੀ। ਮੋਸਟਲੀ ਕੁਝ ਮੇਰੇ ਐਸੇ ਜਾਣਨ ਵਾਲੇ ਦੋਸਤ ਵੀ ਆਏ ਨੇ ਜਿਹੜੇ ਕਿ ਜਨਵਰੀ ਚ ਗਏ ਦਸੰਬਰ ਚ ਗਏ ਫਰਵਰੀ ਚ ਗਏ ਕਾਫੀ ਜ਼ਿਆਦਾ ਵੀਰ ਜਿਹੜੇ ਕਿ ਹੁਣ ਅਮਰੀਕਾ ਦੇ ਕੋਲ ਪਹੁੰਚੇ ਨੇ ਕੁਝ ਐਸੇ ਵੀਰ ਨੇ ਜਿਹੜੇ ਕਿ ਹਾਈਏ ਵੀ ਉਸੇ ਪਲੇਸ ਦੇ ਉੱਤੇ ਨੇ ਉਸੇ ਕੰਟਰੀ ਦੇ ਵਿੱਚ ਨੇ ਜਿੱਥੇ ਅਜ ਤੋ ਤਿੰਨ ਮਹੀਨੇ ਪਹਿਲਾਂ ਸਨ ਕਿਉਂਕਿ ਕਾਫੀ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ ਤੁਹਾਡੇ ਏਜੰਟ ਦੇ ਉੱਤੇ ਕਿ ਤੁਹਾਡਾ ਜਿਹੜਾ ਏਜੰਟ ਹੈ ਉਹ ਕੇਸ ਰੂਟ ਦੇ ਜ਼ਰੀਏ ਤੁਹਾਨੂੰ ਲੈ ਕੇ ਜਾਂਦਾ ਹੋਵੇ ਅਮਰੀਕਾ ਕਿਉਂਕਿ ਜਿੰਨੇ ਵੀ ਇਸ ਟਾਈਮ ਵੀਰ ਗਏ ਨੇ ਉਹ ਮੋਸਟਲੀ ਜਿਹੜੇ ਨੇ ਉਹ ਵਾਇਆ ਦੁਬਈ ਤੋਂ ਬ੍ਰਾਜ਼ਿਲ ਬ੍ਰਾਜ਼ਿਲ ਤੋਂ ਫਿਰ ਅੱਗੇ ਇਹ ਦੋ ਰਾਜ ਜਿਹੜੇ ਨੇ ਵਰਤੇ ਜਾਂਦੇ ਨੇ ਬ੍ਰਾਜ਼ਿਲ ਤੋਂ ਅੱਗੇ ਤੁਹਾਨੂੰ ਜਿਹੜਾ ਨੇ ਮੈਕਸੀਕੋ ਤੱਕ ਲੈ ਕੇ ਜਾਂਦੇ ਨੇ ਟੋਰਡੀਆਂ ਦੂਸਰਾ ਜਿਹੜਾ ਰਾ ਉਹ ਉਹ ਫੋਕਰ ਧਿਆਰੇ ਵਾਲਾ ਜਿਹੜਾ ਕਿ ਇੱਕ ਛੋਟਾ ਜਹਾਜ਼ ਹੁੰਦਾ ਜਿਹੜਾ ਕਿ ਕੋਲੰਬੀਆ ਤੋਂ ਲੈਂਡ ਕਰਦਾ ਹੈ ਕੋਲੰਬੀਆ ਤੋਂ ਜਿਹੜਾ ਉਹਨਾਂ ਨੇ ਚੈੱਕ ਆਊਟ ਕਰਕੇ ਤੇ ਤੁਹਾਨੂੰ ਲੰਦਾ ਜਾ ਕੇ ਗੁਆਟੇਮਾਲਾ ਦੇ ਬਾਰਡਰ ਦੇ ਉੱਤੇ ਅੱਗੂ ਘਰ ਤੁਸੀਂ ਮੈਕਸੀਕੋ ਜਿਹੜਾ ਨਾ ਉਹ ਐਂਟਰੀ ਕਰਦੇ ਹੋ ਤੇ ਅੱਗੂ ਵੇਰ ਜਿਹੜਾ ਨਾ ਉਹ ਤੁਸੀਂ ਅਮਰੀਕਾ ਦੀ ਜਿਹੜੇ ਬਾਰਡਰ ਹੈ ਉਹਦੇ ਕੋਲ ਜਾਂਦੇ ਹੋ ਅੱਗੂ ਜਾ ਕੇ ਜਿਹੜਾ ਵੀ ਹਸਾਬ ਕਿਤਾਬ ਲੱਗਦਾ ਡਮਕੀ ਦਾ ਉਹ ਹੁੰਦਾ ਤੁਹਾਡੇ ਕੁਝ ਵੀਰ ਐਸੇ ਜਾਣਨ ਵਾਲੇ ਹੈ ਨਹੀਂ ਜਿਹੜੇ ਕਿ ਇਸ ਟਾਈਮ ਮੈਕਸੀਕੋ ਦੇ ਵਿੱਚ ਫਸੇ ਨੇ ਕੁਝ ਮੇਰੇ ਐਸੇ ਵੀਰ ਵੀ ਹੈ ਨੇ ਜਿਹੜੇ ਕਿ ਇਸ ਟਾਈਮ ਬ੍ਰਾਜ਼ੀਲ ਦੇ ਵਿੱਚ ਨੇ ਤੇ ਅੱਜ ਤੋਂ 3 ਮਹੀਨੇ ਪਹਿਲਾਂ ਵੀ ਉਹ ਬ੍ਰਾਜ਼ੀਲ ਹੀ ਸਨ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕੁਝ ਐਸੇ ਏਜੰਟ ਵੀ ਹੁੰਦੇ ਨੇ ਜਿਹੜੇ ਕਿ ਸਿਰਫ ਔਰ ਸਿਰਫ 1 ਹਫ਼ਤੇ ਦੇ ਵਿੱਚ ਵਿੱਚ 1 ਵੀਕ ਦੇ ਵਿੱਚ ਵਿੱਚ ਤੁਹਾਨੂੰ ਅਮਰੀਕਾ ਐਂਟਰੀ ਕਰਵਾ ਹਰਦੇ ਨੇ ਤੇ ਕੁਝ ਐਸੇ ਏਜੰਟ ਵੀ ਆ ਨੇ ਜਿਹੜੇ ਕਿ 9-9 ਮਹੀਨੇ 10-10 ਮਹੀਨੇ ਇੱਕੋ ਹੀ ਕੰਟਰੀ ਦੇ ਵਿੱਚ ਤੁਹਾਨੂੰ ਬੰਨ ਛੱਡਦੇ ਨੇ ਰੱਖ ਛੱਡਦੇ ਨੇ ਇਹ ਡਿਪੈਂਡ ਕਰਦਾ ਕਾਫੀ ਜ਼ਿਆਦਾ ਤੁਹਾਡੀ ਲੱਕ ਤੇ ਤੁਹਾਡੇ ਏਜੰਟ ਦੇ ਉੱਤੇ ਤੇ ਮੇਰੇ ਵੀਰੋ ਇਹਨਾਂ ਦਿਨਾਂ ਦੇ ਵਿੱਚ ਹੁਣ ਇਸ ਟਾਈਮ ਜਿਹੜਾ ਮੌਸਮ ਚੱਲਣ ਧਿਆ ਕਿ ਉਨਕੇ ਗਰਮੀ ਆਲਮੋਸਟ ਸਟਾਰਟ ਹੋਣ ਵਾਲੀ ਹੈ ਤੇ ਉਸ ਤੋਂ ਬਾਅਦ ਫਲਾਈਟਾਂ ਵੀ ਓਪਨ ਹੋ ਗਈਆਂ ਨੇ ਫਲਾਈਟਾਂ ਦੀਆਂ ਜਿਹੜੀਆਂ ਪ੍ਰਾਈਜ਼ਾਂ ਨੇ ਉਹ ਵੀ ਕਾਫੀ ਜ਼ਿਆਦਾ ਘਟ ਗਈਆਂ ਨੇ ਤੇ ਜੇ ਕੋਈ ਵੀਰ ਇਹਨਾਂ ਦਿਨਾਂ ਦੇ ਵਿੱਚ ਡੋਂਕੀ ਲਾਣਾ ਚਾਹੁੰਦਾ ਤੇ ਉਹ ਲਾ ਸਕਦਾ ਵੇ ਆ ਡਾਲਰ ਕਾਫੀ ਜ਼ਿਆਦਾ ਉੱਤੇ ਵੇ ਬੱਟ ਅਗਰ ਕੰਪੇਅਰ ਕਰੀ ਅੱਜ ਤੋਂ 10 ਮਹੀਨੇ ਬਾਅਦ ਜਾਂ ਫਿਰ 1 ਸਾਲ ਬਾਅਦ ਤੇ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਡਾਲਰ ਉਤਾਂ ਜਾਣ ਦੇ ਨਾਲ ਪ੍ਰਾਈਜ਼ਾਂ ਵੀ ਵਧਨ ਗਈਆਂ ਤੇ ਜਿਹੜੇ ਵੀਰ ਨੇ ਵੀ ਇਸ ਟਾਈਮ ਅਮਰੀਕਾ ਆਉਣਾ ਹੈ ਡੋਂਕੀ ਲਾ ਕੇ ਆਉਣਾ ਹੈ ਕਿਹੇ ਤਰੀਕੇ ਵੀ ਆਉਣਾ ਹੈ ਉਹ ਟਰਾਈ ਕਰੋ ਅਗੂ ਰੱਬ ਤੁਹਾਨੂੰ ਕਾਮਯਾਬ ਕਰੇ ਆ ਟਰਾਈ ਕਰੋ ਤੇ ਜ਼ਰੂਰ ਤੁਸੀਂ ਅਮਰੀਕਾ ਪਹੁੰਚੋਗੇ ਜੇ ਕੋਈ ਤੁਹਾਡਾ ਸਵਾਲ ਹੈ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੇ ਅਡਾ ਜਿਹੜਾ ਫੇਸਬੁੱਕ ਦਾ ਪੇਜ ਹੈ ਫੇਸਬੁੱਕ ਦੀ ਆਈਡੀ ਜਿਹੜੀ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲੱਭ ਜੇਗੀ ਤੁਸੀਂ ਉਹ ਤੋਂ ਸਾਨੂੰ ਜਾ ਕੇ ਤੇ ਫਾਲੋ ਕਰ ਸਕਦੇ ਹੋ ਕਾਲ ਤੇ ਗੱਲ ਕਰ ਸਕਦੇ ਹੋ ਆਪਣਾ ਵਾਇਸ ਮੈਸੇਜ ਛੱਡ ਸਕਦੇ ਹੋ ਮਿਲਦੀਆਂ ਫਿਰ ਤੁਹਾਨੂੰ ਨੈਕਸਟ ਵੀਡੀਓ ਤੇ ਰੱਬ ਰਾਖਾ